के बालाजी पेट्रोल पंप पर सुबह 4 बजे अज्ञात चोरों ने हमला बोलकर 1 लाख रुपए की नकदी छीन ली। इस चोरी की वारदात को लेकर वहां पर पुलिस पहुंची और मामले की जांच में जुट गई। फिलहाल बताया जा रहा है कि इस लूट वारदात में एक राजस्थान का बस कनेक्टर भी शिकार हुआ है। चाबी चुबी कि होनी ना गोली मार दिया मैं मारे ना मुद्दा पे जा मुद्दा पे सीट के उत्ते रजाई के उत्ते खड़े रहे उसके गेट गुट तोड़े ਸੀ ਕੀ ਉਹਨਾਂ ਕੋਲ ਵੈਪਨ ਵਗੈਰਾ ਹੈਗੇ ਸੀ ਨਹੀਂ ਜੀ ਦੇਖੇ ਨਹੀਂ ਬਾਕੀ ਹੋਰ ਡਾਕਟਰ ਵਗੈਰਾ ਉਹ ਸੀ ਜੀ ਕੋਈ ਠੀਕ ਹੈ ਤੁਸੀਂ ਉਸ ਵਕਤ ਕਿੰਨੇ ਕੁ ਬੰਦੇ ਸੀਗੇ ਇੱਥੇ ਪੰਪ ਤੇ ਦੋ ਜਣੇ ਸੁੱਤੇ ਸੀ ਜੀ ਅੱਛਾ ਦੋਵਾਂ ਨੂੰ ਵੀ ਆ ਕੇ ਉਹਨਾਂ ਥ੍ਰੈਟ ਕੀਤਾ ਕਿੰਨੇ ਕੁ ਰੁਪਏ ਲੈ ਗਏ ਠੀਕ ਹੈ ਜੀ ਆਈ ਡੀ ਨਾਲ ਡਾਕਟਰ ਕਰ ਪਏ ਬਾਕੀ ਦਾ ਹਿਸਾਬ ਠੀਕ ਹੈ ਪੁਲਿਸ ਨੂੰ ਫਿਰ ਕਦੋਂ ਸੂਚਨਾ ਦਿੱਤੀ ਇਸ ਨੂੰ 5:30 ਜਾ ਕੇ ਠੀਕ ਅੰਦਰ ਤਾੜ ਗਏ ਸੀ ਫਿਰ ਤੇ ਅੰਦਰ ਪਾਲੀ ਚਾਬੀਆਂ ਚੁੱਪੀਆਂ ਅੱਧੇ ਘੰਟੇ ਤੋਂ ਬੋਲੇ ਨਹੀਂ ਜੀ ਅਸੀਂ ਡਰਦੇ ਫਿਰ ਕੋਈ ਦੇਖ ਦੂਖ ਕੇ ਗੇਟ ਦੀ ਚਾਬੀ ਲਾਈ ਕਿੰਨੇ ਬੰਦੇ ਕਿੰਨੇ ਸੀਗੇ 4-5 ਬੰਦੇ ਸੀ ਕਾਰ ਤੇ ਆਏ ਸੀ ਜਾਂ ਕੋਈ ਸਾਧੂ ਇੱਥੇ ਤਾਂ ਅਸੀਂ ਤਾਂ ਦੇਖੇ ਸੀ ਬਾਕੀ ਗੱਡੀ ਗੁੱਡੀ ਦਿਖੀ ਨਹੀਂ ਸਾਨੂੰ ਅੱਛਾ ਤੇ ਜਾ ਬੜੇ ਆਸੇ ਪਾਸੇ ਠੀਕ ਕਿੰਨੇ ਵਜੇ ਦੀ ਘਟਨਾ ਹੈ ਲਗਭਗ ਜੀ 4 ਵਜੇ ਦੀ ਕਰੀਬ ਆਪਣਾ ਮੇਰਾ ਮੂਹਰਾ ਹੈ ਜੀ ਬਾਅਦ ਜੀ ਰਾਤ ਕੋਈ 4 ਵਜੇ ਚੜ ਕੇ ਕਰਵਾਇਆ ਕੋਈ ਲੁੱਟ ਵਾਲਾ चुपचाप मार दें ਤਫਤੀਸ਼ ਕਰ ਰਹੇ ਹਾਂ ਜੋ ਗੱਲ ਸਾਹਮਣੇ ਆਉਂਦੀ ਕਰ ਰਹੇ ਹਾਂ।